ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਆਪਣੀ ਹੀ ਪਾਰਟੀ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਵਾਰ ਕਰਦਿਆਂ ਕਿਹਾ ਕਿ ਐਸਟੀਐਫ ਦੇ ਵੱਲੋਂ ਨਸ਼ੇ ਦੀ ਤਸਕਰੀ ਦੇ ਚਲਦਿਆਂ ਹਿਰਾਸਤ ਦੇ ਵਿੱਚ ਲਏ ਗਏ ਰਣਜੀਤ ਸਿੰਘ ਉਰਫ ਜੀਤਾ ਮੋੜ ਦੇ ਨਾਲ ਰਾਣਾ ਗੁਰਜੀਤ ਸਿੰਘ ਦੇ ਸਬੰਧ ਨੇ ਅਤੇ ਉਹ ਇਹਨਾਂ ਦੇ ਨਾਲ ਮਿਲੇ ਹੋਏ ਨੇ। ਕਾਂਗਰਸ ਨੂੰ ਹਰਾਉਣ ਦੇ ਲਈ ਬੀਜੇਪੀ ਦੇ ਨਾਲ ਮਿਲ ਕੇ ਪਾਰਟੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਪਿੱਠ ਦੇ ਵਿੱਚ ਛੁਰਾ ਮਾਰਨ ਦਾ ਕੰਮ ਕਰ ਰਹੇ ਨੇ। ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਪਰ ਉਹ ਇਸ ਵਾਰ ਫਿਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਵੇਗੀ। ਇਹ ਪਿਛਲੀ ਵਾਰੀ ਕਾਂਗਰਸ ਦਾ ਉਮੀਦਵਾਰ ਸੀਗਾ, 800 ਵੋਟ ਪਈ ਸੀ ਸਿਰਫ, ਉਹ ਹੁਣ ਆਮ ਆਦਮੀ ਬਣ ਗਿਆ ਵਾ। ਇਸ ਕਰਕੇ ਲੋਕ ਕਦੀ ਵੀ ਵੋਟ ਉਮੀਦਵਾਰ ਤੋਂ ਦੇਖਣ ਤੋਂ ਬਗੈਰ ਨਹੀਂ। ਤੁਹਾਡੇ ਇੱਥੋਂ ਸੁਲਤਾਨਪੁਰ ਦਾ ਜਿਹੜਾ ਉਮੀਦਵਾਰ ਆ, ਉਹ 17 'ਚ ਆਮ ਆਦਮੀ ਤੋਂ ਲੜਿਆ, ਮੁੜ ਕੇ ਅਕਾਲੀ ਦਲ ਚਲੇ ਗਿਆ, ਮੁੜ ਕੇ ਫਿਰ ਵਾਪਸ ਆ ਗਿਆ। ਆਪਾਂ ਮੋਹਾਲੀ ਦੀ ਗੱਲ ਕਰ ਲਓ, ਮੋਹਾਲੀ 'ਚ ਜਿਹੜਾ ਉਮੀਦਵਾਰ ਲੜ ਰਿਹਾ ਆਮ ਆਦਮੀ ਦਾ, ਉਹ ਇੱਕ ਰਾਤ ਪਹਿਲਾਂ ਲੈ ਕੇ ਆਉਂਦੇ ਨੇ ਕੁਲਵੰਤ ਸਿੰਘ ਜਨਤਾ ਲੈਂਡ ਪ੍ਰਮੋਟਰ, 15,000 ਕਰੋੜ ਦਾ ਮਾਲਕ ਆ, ਉਹ ਕਿੱਥੋਂ ਦਾ ਆਮ ਆਦਮੀ ਆ ਜੀ। ਔਰ ਜਿਹੜੇ ਲੋਕ ਦਰੀਆਂ ਵਿਛਾਉਂਦੇ ਰਹਿ ਗਏ 2-3 ਸਾਲ, ਉਹ ਚੱਕ ਕੇ ਪਰੇ ਮਾਰੇ ਭੁਆ ਕੇ, ਅਤੇ ਕੁਲਵੰਤ ਸਿੰਘ ਅਗਲੇ ਦਿਨ ਆਮ ਆਦਮੀ ਪਾਰਟੀ ਦਾ ਮੋਹਾਲੀ ਦਾ ਕੈਂਡੀਡੇਟ। ਲਾਈਕਵਾਈਜ਼ ਅਕੋਰਡਿੰਗ ਟੂ ਮੀ 70% ਜਿਹੜੇ ਕੈਂਡੀਡੇਟ ਨੇ ਉਹ ਅਕਾਲੀ ਦਲ ਦਾ ਅਤੇ ਕਾਂਗਰਸ ਦਾ ਕੂੜਾ ਇਕੱਠਾ ਕੀਤਾ ਕੇਜਰੀਵਾਲ ਨੇ, ਐਂਡ ਅਲਟੀਮੇਟਲੀ ਇਹਨਾਂ ਦਾ ਗ੍ਰਾਫਟ ਗਿਆ। ਦੂਸਰਾ, ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਹਰਿਆਣੇ ਤੋਂ ਕਿਉਂ ਨਹੀਂ ਲੜਦਾ ਇਲੈਕਸ਼ਨ? ਤੇਰਾ ਜਨਮ ਭੂਮੀ, ਤੇਰੀ ਹਿਸਾਰ ਆ, ਹਰਿਆਣੇ ਤੋਂ ਇਲੈਕਸ਼ਨ ਲੜ ਕੇ ਦਿਖਾ। ਪਰ ਇਹ ਬੀਜੇਪੀ ਦਾ ਅਸਲ ਵਿੱਚ ਏਜੰਟ ਆ, ਇਹ ਉੱਥੇ ਜਾਵੇਗਾ ਜਿੱਥੇ ਕਾਂਗਰਸ ਨੂੰ ਡੈਮੇਜ ਕਰਨਾ ਇਸ ਬੰਦੇ ਨੇ। ਔਰ ਪੰਜਾਬ ਦਾ ਇਹ ਕਦੀ ਨਹੀਂ ਹੋ ਸਕਦਾ, ਦਿੱਲੀ ਜਾਂਦਾ ਵਾ ਅਤੇ ਪੰਜਾਬ ਦੀ ਪਰਾਲੀ ਦੇ ਧੂੰਏ ਦਾ ਰੌਲਾ ਪਾਉਂਦਾ ਵਾ, ਦਿੱਲੀ ਜਾਂਦਾ ਅਤੇ ਪੰਜਾਬ ਦੇ ਪਾਣੀਆਂ ਦੇ ਉਲਟ ਬਿਆਨ ਦਿੰਦਾ ਵਾ, ਪੰਜਾਬ ਵਿੱਚ ਆਉਂਦਾ ਅਤੇ ਪੰਜਾਬ ਦੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਸਿਰਫ ਆਮ ਆਦਮੀ ਪਾਰਟੀ ਅਲਟੀਮੇਟਲੀ ਵਿਲ ਉਹਦਾ ਜਿਹੜਾ ਹੈਗਾ ਪਿਛਲੇ ਲਾਸਟ ਫਿਊ ਡੇਜ਼ ਵਿੱਚ ਜਿਹੜਾ ਰਹਿੰਦਾ ਖੁੰਦਾ ਗ੍ਰਾਫ ਹੈ, ਉਹ ਅਵਸ਼ ਡਿੱਗੇਗਾ। ਕਾਂਗਰਸ ਸਰਕਾਰ ਬਣਾਵੇਗੀ, ਔਰ ਮੈਂ ਕੱਲ੍ਹ ਭਗਵੰਤ ਮਾਨ ਦੇ ਹਲਕੇ ਜਾ ਕੇ ਆਇਆ ਧੂਰੀ, ਯਕੀਨ ਕਰਨਾ ਕਿ ਉੱਥੇ ਗੋਲਡੀ ਦਲਬੀਰ ਸਿੰਘ ਕਾਂਗਰਸ ਦਾ ਕੈਂਡੀਡੇਟ ਜਿੱਤੇਗਾ। ਇਹ ਜਿਹੜਾ ਸ਼ਰਾਬੀ ਆਦਮੀ ਆ, ਜਿਹੜਾ ਭੰਡ ਆ, ਜਿਹੜਾ ਮਸਕਰਾ ਵਾ, ਇਹਨੂੰ ਲੋਕਾਂ ਨੇ ਉੱਥੇ ਵੀ ਨਹੀਂ ਵੋਟ ਪਾਉਣੀ, ਕਿਉਂਕਿ ਬਤੌਰ ਐਮ ਪੀ ਸੰਗਰੂਰ ਇਹ ਕਦੀ ਧੂਰੀ ਵਿੱਚ ਇੱਕ ਦਿਨ ਵੀ ਨਹੀਂ ਵੜਿਆ, ਕਿਸੇ ਦੇ ਦੁੱਖ ਸੁੱਖ 'ਚ ਨਹੀਂ ਗਿਆ ਉੱਥੇ। ਕਿ ਜਿਹੜਾ ਰਾਣਾ ਗੁਰਜੀਤ ਆ, ਇਹ ਕਾਂਗਰਸ ਦੇ ਪਿੱਠ ਵਿੱਚ ਛੁਰਾ ਮਾਰ ਰਿਹਾ 4-5 ਸੀਟਾਂ 'ਤੇ, ਔਰ ਇੱਥੇ ਇਸ ਆਦਮੀ ਨੇ, ਇਹਨੂੰ ਕੋਈ ਸ਼ਰਮ ਨਹੀਂ ਹੈ ਇਸ ਬੰਦੇ ਨੂੰ ਕਿ ਤੈਨੂੰ ਕਾਂਗਰਸ ਨੇ ਮਿਨਿਸਟਰ ਬਣਾਇਆ, ਅਤੇ ਤੂੰ ਕਾਂਗਰਸ ਦੇ ਮਿਨਿਸਟਰ ਹੁੰਦਿਆਂ ਹੋਇਆ ਆਪਣੇ ਮੁੰਡੇ ਨੂੰ ਸੁਲਤਾਨਪੁਰ ਵਿੱਚ ਆਜ਼ਾਦ ਖੜ੍ਹਾ ਕਰਕੇ। ਇਹਦਾ ਮਕਸਦ ਸਿਰਫ ਹੈਗਾ ਕਿ ਕਿਸੇ ਤਰੀਕੇ ਨਾਲ ਕਾਂਗਰਸ ਨੂੰ ਹਰਾਇਆ ਜਾਵੇ। ਮੇਰੇ ਹਿਸਾਬ ਦੇ ਨਾਲ ਰਾਣਾ ਗੁਰਜੀਤ ਬੀਜੇਪੀ ਦਾ ਟਾਊਟ ਹੈ, ਔਰ ਬੀਜੇਪੀ ਦੀ ਟਾਊਟੀ ਇਸ ਲਈ ਕਰ ਰਿਹਾ ਕਿਉਂਕਿ ਇਹਦੀਆਂ 4 ਖੰਡ ਦੀਆਂ ਮਿੱਲਾਂ ਅਤੇ ਬਾਕੀ ਦੇਸ਼ ਵਿੱਚ ਜਿਹੜਾ ਵਪਾਰ ਆ, ਉਹ ਉਹਨਾਂ ਦੇ ਕੋਲ ਇਹਦੇ ਵਪਾਰਾਂ ਦੀ ਕੁੰਜੀ ਆ, ਇਹਦੀ ਗਰਦਨ ਜਿਹੜੀ ਆ ਬੀਜੇਪੀ ਦੇ ਹੱਥ ਵਿੱਚ ਆ। ਔਰ ਜਿਸ ਢੰਗ ਦੇ ਨਾਲ ਅਮਿਤ ਸ਼ਾਹ ਨੇ ਇਹਦੇ ਮੁੰਡੇ ਦੀ ਨਾਗਰਿਕਤਾ 24 ਘੰਟਿਆਂ ਵਿੱਚ ਬਦਲੀ ਆ, ਇਹ ਅਨਪ੍ਰੈਸੀਡੈਂਟਿਡ ਆ। ਇਹ ਸਿਰਫ ਬੀਜੇਪੀ ਦੇ ਟਾਊਟ ਹੀ ਇਸ ਤਰ੍ਹਾਂ ਦੇ ਫਾਇਦੇ ਬੀਜੇਪੀ ਤੋਂ ਲੈ ਸਕਦੇ ਨੇ। ਇਸ ਲਈ ਆਈ ਵਿਲ ਇਨਸ਼ੋਰ ਦੈਟ ਰਾਣਾ ਗੁਰਜੀਤ ਸਿੰਘ ਸਟੈਂਡਸ ਡਿਫੀਟਡ ਇਨ ਸੁਲਤਾਨਪੁਰ। ਔਰ ਮੈਂ ਇੱਕ ਦਿਨ ਜਿੱਦਾਂ ਪਹਿਲਾਂ ਕਿਹਾ ਸੀਗਾ, ਉਹ ਮੈਂ ਤੁਹਾਨੂੰ ਰੀਟਰੇਟ ਕਰ ਦਿੰਦਾ ਕਿ ਇਸ ਬੰਦੇ ਨੂੰ ਅਲਟੀਮੇਟਲੀ ਇੱਕ ਦਿਨ ਮੈਂ ਹੀ ਬੰਦਾ ਬਣਾਉਣਾ ਵਾਂ, ਔਰ ਮੈਂ ਇਹਨੂੰ ਕਪੂਰਥਲੇ ਦੀ ਸੀਟ ਤੋਂ ਹਰਾ ਕੇ ਅਤੇ ਇਹਨੂੰ ਉੱਤਰ ਪ੍ਰਦੇਸ਼ ਦਾ ਕੰਨ ਫੜ ਕੇ ਉੱਥੇ ਛੱਡ ਕੇ ਆਊਂਗਾ।